ਤੁਸੀਂ ਕਿਸੇ ਬੰਦੇ ਦੀ ਬੇਇੱਜ਼ਤੀ ਕਰ ਸਕਦੇ ਆ ਹਾਂ ਤਾਂ ਉਨਪੈ ਆ ਉਹਨਾਂ ਕਰਤੀ ਤਾਂ ਉਹਨੂੰ ਕੋਈ ਪੈ ਨਹੀਂ ਹੋਊਗੀ ਹੂੰ ਤੁਹਾਡੀ ਗਲੀ ਵਿੱਚ ਦੀ ਉਹ ਨੰਗਣ ਤੋਂ ਉਹਨਾਂ ਚਰਚੇ ਝਕੂਗਾ ਜੇ ਨਾ ਚਿਰ ਤੁਸੀਂ ਉਹਦੀ ਬੇਇੱਜ਼ਤੀ ਨਹੀਂ ਕਰਦੇ ਹੂੰ ਪਰ ਤੁਸੀਂ ਕਰ ਸਕਦੇ ਆ ਹੂੰ ਉਹਦੀ ਕੋਈ ਗਲਤੀ ਆ ਉੱਚੇ ਝਕੂਗਾ ਜਿੱਦ ਤੁਸੀਂ ਕਰਤੀ ਉਹਦੇ ਉਹਦੀ ਝਿਜਕ ਦੂਰ ਹੋ ਜਾਣੀ ਕਿ ਹੋਊਗੀ ਹਮ ਤਾਂ ਬੇਇਤੀ ਨੂੰ ਬੇਇਤੀ ਦਾ ਡਰ ਹੀ ਵੱਡਾ ਹੋਇਆ ਨਾ ਹਮ ਜਦੋਂ ਹੋ ਹੀ ਗਈ ਮੌਤ ਨਾਲ ਮੌਤ ਦਾ ਡਰ ਵੱਡਾ ਹੁੰਦਾ ਹਮ ਮੌਤ ਤਾਂ ਹੋਊਗੀ ਤਾਂ ਖਤਮ ਹੀ ਹੋ ਗਈ ਗੱਲ ਹਮ ਫਿਰ ਤਾਂ ਦੂਸਰੇ ਦਾ ਡਰ ਮੌਤ ਕਰਨ ਵਾਲੇ ਦਾ ਡਰ ਸ਼ੁਰੂ ਹੋ ਗਿਆ ਹਾਂ ਜਿਹਦੀ ਹੋਣੀ ਸੀ ਉਹ ਤਾਂ ਤਾਂ ਖਤਮ ਹੋ ਗਈ ਉਹ ਤਾਂ ਖਤਮ ਹੋ ਗਿਆ ਹਮ ਵੀ ਮਤਲਬ ਬੇਇਤੀ ਨੂੰ ਬੇਇਤੀ ਦਾ ਡਰ ਵੱਡਾ ਹੁੰਦਾ ਲੜਾਈ ਨੂੰ ਲੜਾਈ ਦਾ ਡਰ ਵੱਡਾ ਹੁੰਦਾ ਹਮ ਤਾਂ ਹਰ ਇੱਕ ਚੀਜ਼ ਦਾ ਭੈ ਆ ਜਿਹੜਾ ਮਤਲਬ ਉਹ ਤਾਂ ਆਖਰੀ ਪੁੱਤਾਂ ਹੁੰਦਾ ਹੂੰ ਜਿਹੜਾ ਤੁਸੀਂ ਸੈੱਟ ਲਿਆ ਤਾਂ ਤੁਹਾਡੀ ਪਾਵਰ ਖਤਮ ਹੋ ਜਾਂਦੀ ਹੈ ਉਸ ਤੋਂ ਅੱਗੇ ਉਹਦਾ ਕੰਮ ਸ਼ੁਰੂ ਹੋ ਜਾਂਦਾ ਉਹਦਾ ਸ਼ੁਰੂ ਹੋ ਜਾਂਦਾ ਗਾਂ ਗਾਂ ਵਾਲੇ ਤਾਂ ਸ਼ੁਰੂ ਹੋ ਜਾਂਦਾ ਮੈਂ ਮਤਲਬ ਉਸ ਦਿਨ ਇਹ ਗੱਲ ਕਰਦੇ ਸੀ ਉਹ ਕੱਲ ਸ਼ਾਇਦ ਪਤਾ ਨਹੀਂ ਚੱਲੀ ਪਤਾ ਨਹੀਂ ਸ਼ਾਇਦ ਉਹ ਕਿਸੇ ਦੀ ਵੀਡੀਓ ਬੁੜੀ ਹੋ ਸੀ ਠੀਕ ਹੈ ਕਿ ਨਹੀਂ ਤਾਂ ਉਹ ਮਤਲਬ ਗੱਲਾਂ ਚੱਲਦੀਆਂ ਸੀ ਰਾਜਨੀਤਿਕ ਤੌਰ ਤੇ ਆਪਾਂ ਵਿਚਾਰ ਕਰਦੇ ਸੀਗੇ ਕਿ ਵੀ ਉਹ ਕਹਿੰਦੇ ਸੀਗੇ ਵੀ ਰਿਲੀਜ਼ ਹੋਊਗੀ ਵੀਡੀਓ ਮੈਂ ਕਹਿੰਦਾ ਸੀ ਨਹੀਂ ਹੋਊਗੀ ਹੂੰ ਤਾਂ ਉਹ ਕਹਿੰਦੇ ਹੂਗੋ ਨਹੀਂ ਹੋਊਗੀ ਤੂੰ ਵੀ ਰਾਜਨੀਤੀ ਚ ਰਹਿ ਕਿਉਂ ਨਹੀਂ ਹੋਊਗੀ ਹਾਂ ਤਾਂ ਬਦਨਾਮੀ ਕਰਨ ਚ ਜ਼ਿਆਦਾ ਫਾਇਦਾ ਮੈਂ ਕਹਿੰਦਾ ਨਹੀਂ ਬਦਨਾਮੀ ਤੋਂ ਡਰਾਉਂ ਚ ਜ਼ਿਆਦਾ ਫਾਇਦਾ ਡਰਾਉਂ ਚ ਜ਼ਿਆਦਾ ਫਾਇਦਾ ਠੀਕ ਹੈ ਕਿ ਨਹੀਂ ਬਦਨਾਮੀ ਤੋਂ ਡਰਾਉਂ ਜਦੋਂ ਤੁਸੀਂ ਕਿਸੇ ਚੀਜ਼ ਦਾ ਭੇਤ ਹੀ ਖੁੱਲ ਗਿਆ ਨਾ ਉਹ ਤਾਂ ਖਤਮ ਆ ਯਾਰ ਹਾਂ ਤੁਹਾਡਾ ਇੰਟਰਸਟ ਉਨਾ ਚਿਹਰੀ ਹੈ ਕਿਸੇ ਚੀਜ਼ ਦੇ ਵਿੱਚ ਜਿੰਨਾ ਚਿਰ ਉਹ ਤੁਹਾਡੇ ਸਾਹਮਣੇ ਖੁੱਲ ਕੇ ਸਾਹਮਣੇ ਨਹੀਂ ਆ ਜਾਂਦੀ ਹੂੰ ਆਪਾਂ ਕੋਈ ਵੀਡੀਓ ਵੀ ਕਰਦੇ ਆ ਤਾਂ ਆਪਾਂ ਕੀ ਕਰਦੇ ਆ ਉਹਦੇ ਜਿਹੜੇ ਘੈਂਟ ਘੈਂਟ ਪਾਰਟ ਆ ਹਾਂ ਉਹ ਮੂਰੇ ਲਾ ਦਿੰਨੇ ਆ ਪਰ ਉਹਨੂੰ ਪੂਰਾ ਨਹੀਂ ਖੋਲਦੇ ਹਾਂ ਕਿਨੇ ਅੱਗੇ ਕੀ ਆਖਿਆ ਜੇ ਤੁਸੀਂ ਉਹਨੂੰ ਪੂਰਾ ਹੀ ਖੋਲਤਾ ਜਿਵੇਂ ਮੈਂ ਮੰਨ ਲਉ ਕਿਸੇ ਚੀਜ਼ ਦੀ ਮੈਂ ਐਡ ਕਰਨ ਗਿਆ ਹਾਂ ਉੱਥੇ ਉਹਦਾ ਰੇਟ ਆ ਕਿ ਭਾਈ ਇਹਦਾ ਰੇਟ ਕੀ ਆ ਹਾਂ ਤਾਂ ਉਹ ਕਹੂਗਾ ਇਹਦਾ ਰੇਟ ਮੈਂ ਇੰਨਾ ਹੀ ਕੱਟ ਲੈਣਾ ਮੂਰੇ ਲਾ ਦੇਣਾ ਜਿਵੇਂ ਉਹ ਰੇਟੀ ਦੱਸਤਾ ਉਹਨਾਂ ਨੇ ਮੇਰੀ ਵੀਡੀਓ ਨਹੀਂ ਦੇਖਣੀ ਵੀਡੀਓ ਨਹੀਂ ਦੇਖਣੀ ਹੈਨਾ ਮਤਲਬ ਹਰ ਇੱਕ ਚੀਜ਼ ਦਾ ਜਿਵੇਂ ਮੌਤ ਤੋਂ ਮੌਤ ਦਾ ਡਰ ਬਣਦਾ ਬੇਇਤੀ ਤੋਂ ਬੇਇਤੀ ਡਰ ਬਣਦਾ ਅਰੇ ਹਰ ਇੱਕ ਚੀਜ਼ ਦਾ ਮਤਲਬ ਉਹਦੇ ਘਟਨਾ ਹੋਣ ਤੋਂ ਬਾਅਦ ਉਹ ਚੀਜ਼ ਖਤਮ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਚੈਨਲ ਬੰਦ ਹੋਣ ਤੋਂ ਚੈਨਲ ਬੰਦ ਹੋਉਂਦਾ ਡਰ ਬਣਦਾ ਹੋਣਾ ਨਾ ਨਾ ਉਹ ਮਤਲਬ ਤੇ ਨਾ ਪੈ ਕੋਈ ਹਾਂ ਤਾਂ ਹੋ ਹੀ ਗਿਆ ਹੁਣ ਹੱਥ ਬਣ ਜਾਂਦੇ ਵੀ ਚਲ ਯਾਰ ਹੋਰ ਕੀ ਹੋ ਜੇ ਹੋ ਗਿਆ ਕੋਈ ਵੱਡੀ ਗੱਲ ਨਹੀਂ ਨਾ ਵੀ ਇਹ ਹੋ ਚੁੱਕਿਆ ਤਾਂ ਮੈਨੂੰ ਐ ਲੱਗਦਾ ਵੀ ਇਹ 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 ਡਰ ਬਟਾ ਹੁੰਦਾ ਵੀ ਜੇ ਤੁਸੀਂ ਕਿਸੇ ਵੀ ਚੀਜ਼ ਤੋਂ ਕਿਸੇ ਵੀ ਬੰਦ ਦੇ ਤੋਂ ਮਤਲਬ ਤੁਸੀਂ ਆਪ ਦਾ ਆਖਰੀ ਪਾਵਰ ਖਤਮ ਕਰ ਦਿੰਦੇ ਆ ਨਾ ਤੁਸੀਂ ਆਪ ਦੇ ਬੱਚੇ ਨੂੰ ਵੀ ਅ ਅੱਖ ਨਾਲ ਘੂਰ ਕੇ ਡਰਾ ਲਓਗੇ ਤਾਂ ਜਿਆਦਾ ਵਧੀਆ ਤਾਂ ਉਹਦੇ ਮਨ 'ਚ ਰਵੇ ਕਿ ਯਾਰ ਚਾਰ ਬੰਦਿਆਂ 'ਚ ਬਾਪੂ ਨੇ ਗਾਲਾਂ ਕੱਢ ਦੇਣੀਆਂ ਸੀ ਹੂੰ ਬਚਤ ਰਹੇਗੀ ਚਾਰ ਕੱਢ ਦਿਓ ਤਾਂ ਖਤਮ ਹੋ ਗਿਆ ਕੀ ਕਰ ਲਊਗਾ ਲੈ ਗੜ ਲੂ ਛਤਰੀ ਮਾਰ ਲੂ ਆਮ ਹੀ ਕਹਿ ਦਿੰਨੇ ਆ ਛਤਰੀ ਮਾਰ ਲੂਗਾ ਠੀਕ ਹੈ ਕਿ ਨਹੀਂ ਮਤਲਬ ਹਰੇਕ ਚੀਜ਼ ਦਾ ਪੈ ਵੱਡਾ ਇਹ 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 ਚੀਜ਼ ਮਤਲਬ ਉਹ ਉਹਨੂੰ ਕਰਨ ਨਾਲੋਂ ਤੇ ਤੁਹਾਡੀ ਪਾਵਰ ਖਤਮ ਹੋ ਜਾਂਦੀ ਹੈ ਇਹ ਤਾਂ ਤੁਹਾਡਾ ਲਾਸਟ ਹਥਿਆਰ ਆ ਬਾਈ ਹਨਾ ਵੀ ਉਸ ਤੋਂ ਪਹਿਲਾਂ ਬਹੁਤ ਕੁਝ ਹੁੰਦਾ ਜਦੋਂ ਬੰਦਾ ਬੰਦੇ ਦੇ ਇੱਕ ਹਿਊਮਨ ਸਾਈਕੀ ਆ ਬਾਈ ਕਿ ਜਦੋਂ ਬੰਦੇ ਆਪਾਂ ਹੁਣ ਕਿਸੇ ਮੁੱਦੇ ਤੇ ਜਿੱਦ ਪੂਰੀ ਹਮ ਆਪਣੀ ਜਿਦਾਈ ਹੋ ਜੇ ਤੁਸੀਂ ਮੇਰੇ ਨਾਲ ਕਿਸੇ ਗੱਲ ਤੇ ਸਹਿਮਤ ਨਾ ਹੋਵੋ ਬਿਲਕੁਲ ਇਹ ਹੋ ਸਕਦਾ ਆਪਾਂ ਜਦੋਂ ਤੱਕ ਮੇਰੇ ਕੋਲੋ ਦਲੀਲ ਆ ਉਹਨਾਂ ਚਿਰ ਮੈਂ ਤੁਹਾਨੂੰ ਗਾਲ ਨਹੀਂ ਕੱਢਣੀ ਹਾਂ ਜਦੋਂ ਮੇਰੇ ਕੋਲ ਦਲੀਲਾਂ ਮੁੱਕ ਗਈਆਂ ਉਦੋਂ ਮੈਂ ਤੁਹਾਨੂੰ ਗਾਲ ਕੱਢੂਗਾ ਜਦੋਂ ਮੇਰੇ ਕੋਲ ਗਾਲਾਂ ਵੀ ਮੁੱਕ ਗਈਆਂ ਉਦੋਂ ਮੈਂ ਤੇਰੇ ਚਪੇੜ ਮਾਰੂਗਾ ਹੂੰ